ਜਿੰਦਰ ਦੀ ਕਹਾਣੀ ਹਵੇਲੀ ਦਾ ਬਾਕੀ ਦਾ ਭਾਗ। ਅਗਾਂਹ ਖੱਬੇ ਹੱਥ ਉੱਚੀ ਜਿਹੀ ਥਾਂ 'ਤੇ ਕਚਹਿਰੀਆਂ ਨੇ। ਇੱਥੋਂ 50 ਉਲਾਂਘਾਂ ਅੱਗੇ ਜਾ ਕੇ ਇੱਕ ਲਲਾਰੀ ਦੀ ਦੁਕਾਨ ਆਉਂਦੀ ਹੈ। ਫਿਰ ਸੱਜੇ ਹੱਥ ਉਤਰਾਈ, ਮੈਂ ਇੱਥੇ ਵੀ ਕੂਣੀ ਮੋੜ ਮੁੜ ਕੇ ਜਾਵਾਂਗਾ। ਥੋੜ੍ਹੀ ਕੁ ਅਗਾਂਹ ਜਾ ਕੇ ਮਿਸ਼ਰਾਂ ਦੇ ਘਰ ਆਉਣਗੇ। ਮੈਂ 100 ਉਲਾਂਘਾਂ ਜਾ ਕੇ ਸੱਜੇ ਹੱਥ ਮੁੜਾਂਗਾ ਤਾਂ 45 ਉਲਾਂਘਾਂ 'ਤੇ ਸਾਡੀ ਹਵੇਲੀ ਆਏਗੀ। ਦੱਸ, ਇਹੀ ਹੈ ਨਾ ਨਕੋਦਰ? ਜੀ ਬਿਲਕੁਲ। ਪਰ ਤੁਸੀਂ ਉਲਾਂਘਾਂ ਦਾ ਕਿੱਦਾਂ ਹਿਸਾਬ ਰੱਖਦੇ ਸੀ? ਮੈਂ ਪਹਿਲਾਂ ਸਕੂਲੇ ਨਹੀਂ ਜਾਂਦਾ ਸੀ, ਮੈਨੂੰ ਸਕੂਲੋਂ ਡਰ ਲੱਗਦਾ ਸੀ। ਮੈਂ ਰੋਂਦਾ ਰੋਂਦਾ ਕਹਿੰਦਾ ਕਿ ਮੈਂ ਆਪਣੀ ਹਵੇਲੀ ਭੁੱਲ ਜਾਵਾਂਗਾ, ਪਰ ਮੇਰੇ ਅੱਬਾ ਨੇ 5 ਦਿਨ ਮੇਰੇ ਨਾਲ ਜਾ ਕੇ ਮੈਨੂੰ ਸਾਰਿਆਂ ਰਸਤਿਆਂ ਦਾ ਹਿਸਾਬ ਦੱਸਿਆ, ਫਿਰ ਫੱਟੀ 'ਤੇ ਲਿਖ ਕੇ ਦਿੱਤਾ। ਪੜ੍ਹਨ ਨੂੰ ਮੈਂ ਤੇਜ਼ ਸੀ। ਉਹਨੇ ਆਲੇ ਦੁਆਲੇ ਤੇਜ਼ੀ ਨਾਲ ਨਜ਼ਰਾਂ ਘੁਮਾਈਆਂ। ਮੈਨੂੰ ਲੱਗਿਆ ਉਹ ਕੋਈ ਚੀਜ਼ ਭਾਲ ਰਿਹਾ ਸੀ। ਮੈਂ ਪੁੱਛਿਆ, ਕੁਛ ਗੁਆਚ ਗਿਆ ਜੀ? ਨਹੀਂ, ਉਸ ਮੇਰੀ ਗੱਲ ਵੱਲ ਧਿਆਨ ਨਾ ਦਿੱਤਾ, ਜਿੱਦਾਂ ਮੈਂ ਇਸ ਮਸਲੇ 'ਚ ਉਹਦੀ ਕੋਈ ਮਦਦ ਨਹੀਂ ਕਰ ਸਕਦਾ ਸੀ। ਜਦੋਂ ਉਹਨੂੰ ਜੋ ਉਹ ਭਾਲ ਰਿਹਾ ਸੀ ਨਾ ਦਿਸਿਆ ਤਾਂ ਉਹਨੇ ਮੈਨੂੰ ਪੁੱਛਿਆ, ਤੇਰੇ ਕੋਲ ਪੈੱਨ ਅਤੇ ਕਾਗਜ਼ ਹੈਗਾ? ਨਹੀਂ, ਕਾਗਜ਼ ਅਤੇ ਪੈੱਨ ਤਾਂ ਹੋਟਲ 'ਚ ਪਏ ਨੇ, ਮੈਂ ਦੱਸਿਆ। ਇੱਕ ਦਿਨ ਮੈਂ ਇੱਥੇ ਇੱਕ ਟੋਟਾ ਦੇਖਿਆ ਤਾਂ ਸੀ, ਪਤਾ ਨਹੀਂ ਕੋਈ ਚੁੱਕ ਕੇ ਲੈ ਗਿਆ, ਉਹਨੇ ਆਪਣੇ ਆਪ ਨੂੰ ਕਿਹਾ, ਅਤੇ ਫਿਰ 10 ਕੁ ਫੁੱਟ ਜਾ ਕੇ ਇੱਕ ਰੋੜਾ ਲੱਭ ਲਿਆ। ਸਟਰੀਟ ਲਾਈਟ ਕੋਲ ਦੀ ਕੰਧ 'ਤੇ ਆਪਣੀ ਹਵੇਲੀ ਦਾ ਨਕਸ਼ਾ ਬਣਾ ਦਿੱਤਾ। ਇਹ ਤਾਂ ਉਹੀ ਹਵੇਲੀ ਸੀ, ਬਿਲਕੁਲ ਉਹੀ ਹਵੇਲੀ। ਅਸੀਂ 3 ਮਹੀਨੇ ਇਸ ਹਵੇਲੀ 'ਚ ਰਹੇ ਹਾਂ, ਮੈਂ ਉਹਨੂੰ ਦੱਸਿਆ। ਮੈਨੂੰ ਉਸ ਹਵੇਲੀ ਦੀ ਯਾਦ ਆ ਗਈ। ਇੱਕ ਵਾਰ ਪਾਪਾ ਜੀ ਨੇ ਇਹ ਹਵੇਲੀ ਕਿਰਾਏ 'ਤੇ ਲਈ ਸੀ। ਐਡੀ ਵੱਡੀ ਹਵੇਲੀ 'ਤੇ ਰਹਿਣ ਵਾਲੇ ਅਸੀਂ 4 ਜੀ, ਬਹੁਤੇ ਕਮਰਿਆਂ 'ਚ ਦਿਨੇ ਹੀ ਹਨੇਰਾ ਰਹਿੰਦਾ, ਅੰਦਰ ਵੜਦਿਆਂ ਨੂੰ ਡਰ ਲੱਗਦਾ, ਕਈ ਵਾਰ ਇੱਦਾਂ ਲੱਗਦਾ ਜਿੱਦਾਂ ਅਜੀਬੋ ਗਰੀਬ ਆਵਾਜ਼ਾਂ ਆ ਰਹੀਆਂ ਹੋਣ। ਮੇਰੀ ਮਾਂ ਨੂੰ ਇੱਕ ਕਈ ਵਾਰ ਦਬਾਅ ਜਿਹਾ ਪਿਆ ਸੀ। ਹਵੇਲੀ ਦਾ ਕਿਰਾਇਆ ਥੋੜ੍ਹਾ ਸੀ, ਇਸੇ ਲਈ ਪਾਪਾ ਜੀ ਛੱਡਣਾ ਨਹੀਂ ਸੀ ਚਾਹੁੰਦੇ, ਪਰ ਮਾਂ ਨੇ ਬਾਰ ਬਾਰ ਕਿਹਾ ਸੀ, ਮੈਨੂੰ ਕੋਈ ਕਸਰ ਹੋ ਗਈ ਤਾਂ ਫਿਰ ਤੁਹਾਨੂੰ ਸੁਰਤ ਆਊਗੀ, ਲੋਕਾਂ ਨੂੰ ਤਾਂ ਰਾਤ ਨੂੰ ਆਵਾਜ਼ਾਂ ਸੁਣਦੀਆਂ ਹੋਣਗੀਆਂ, ਇੱਥੇ ਤਾਂ ਦਿਨੇ ਹੀ ਕਿਸੇ ਕੁੜੀ ਦੇ ਕੀਰਨਿਆਂ ਦੀਆਂ ਆਵਾਜ਼ਾਂ ਦਾ ਸ਼ੋਰ ਸੁਣਦਾ। ਪਾਪਾ ਜੀ ਇਹਨਾਂ ਗੱਲਾਂ 'ਤੇ ਵਿਸ਼ਵਾਸ ਨਹੀਂ ਕਰਦੇ, ਪਰ ਇੱਕ ਐਤਵਾਰ ਨੂੰ ਸਿਖਰ ਦੁਪਹਿਰੇ ਸੁੱਤੇ ਸਨ ਕਿ ਉਹਨਾਂ ਨੂੰ ਲੱਗਾ ਜਿੱਦਾਂ ਉਹਨਾਂ ਦੀ ਛਾਤੀ 'ਤੇ ਕਿਸੇ ਨੇ ਚੱਕੀ ਦਾ ਪੁੜ ਰੱਖ ਦਿੱਤਾ ਹੋਵੇ, ਪੁੜ 'ਤੇ ਬੈਠੀ ਕੁੜੀ ਕੀਰਨੇ ਪਾ ਰਹੀ ਹੋਵੇ, ਵਿਰਲਾਪ ਕਰ ਰਹੀ ਹੋਵੇ। ਅਗਲੇ ਦਿਨ ਉਹਨਾਂ ਨੇ ਹਵੇਲੀ ਛੱਡ ਦਿੱਤੀ। ਉਸ ਹਵੇਲੀ 'ਚ ਸਾਡੇ ਪਰਿਵਾਰ ਦੇ 17 ਨੇ 18 ਜੀਆਂ ਨੂੰ ਮਾਰਿਆ ਸੀ। ਮੈਂ ਲਿੱਤਰੀ ਆਪਣੇ ਯਾਰ ਮੁਖਤਿਆਰੇ ਨੂੰ ਮਿਲਣ ਗਿਆ ਸੀ, ਸੋ ਬਚ ਗਿਆ। ਪਰ ਉਸ ਵਿਚਾਰੀ, ਅੱਲਾ ਮਿਹਰ ਕਰੇ, ਚਲੋ ਇਹ ਵੀ ਹੋਣਾ ਸੀ, ਹੋ ਗਿਆ। ਮੈਂ ਲਾਹੌਰ ਆ ਗਿਆ ਮਿਲਟਰੀ ਦੇ ਟਰੱਕ 'ਚ ਬੈਠ ਕੇ, ਮੇਰਾ ਹੌਕਾ ਨਿਕਲ ਗਿਆ, ਮੈਨੂੰ ਉਹ ਤੋਂ ਡਰ ਲੱਗਾ। ਮੈਂ ਚੌਂ ਪਾਸੀ ਨਜ਼ਰਾਂ ਦੌੜਾਈਆਂ, ਕਿਤੇ ਕਿਤੇ ਕੋਈ ਟਾਵਾਂ ਵਿਰਲਾ ਆ ਜਾ ਰਿਹਾ ਸੀ, ਕਿਤੇ ਕਿਤੇ ਕੋਈ ਕਾਰ ਜਾਂ 3-ਵੀਲਰ ਦਿਖਾਈ ਦੇ ਰਿਹਾ ਸੀ। ਸਵੇਰ ਦੇ 6 ਵਜੇ ਸਨ, ਲਾਹੌਰ ਦੇ 5:30। ਯਾਦਾਂ ਬੰਦੇ ਨੂੰ ਖਤਰਨਾਕ ਬਣਾ ਦਿੰਦੀਆਂ ਨੇ, ਉਹ ਕਿਸੇ ਵੇਲੇ ਵੀ ਹਿੰਸਕ ਹੋ ਸਕਦਾ। ਮੇਰੀਆਂ ਨਜ਼ਰਾਂ ਸਾਹਮਣੇ ਮੇਰੀ ਨਾਨੀ ਦਾ ਚਿਹਰਾ ਆ ਗਿਆ। ਉਹ ਜੜ੍ਹਾਂ ਵਾਲੀ ਦੇ ਨੇੜਲੇ ਪਿੰਡ ਚੱਕ 54 ਚੋਂ ਉੱਜੜ ਕੇ ਆਈ ਸੀ। ਨਾਨਾ ਜੀ ਰਾਹ 'ਚ ਆਉਂਦੇ ਹੀ ਮਰ ਗਏ ਸੀ। ਕੀ ਉਹਨਾਂ ਨੂੰ ਫੂਕਿਆ ਗਿਆ ਸੀ? ਕੀ ਉਹਨਾਂ ਦੀ ਦੇਹ ਨੂੰ ਦਫਨਾਇਆ ਗਿਆ ਸੀ? ਜਿੱਥੇ ਉਹਨਾਂ ਦੇ ਪ੍ਰਾਣ ਨਿਕਲੇ ਸਨ ਉਹ ਥਾਂ ਕਿਹੜੀ ਸੀ? ਜਦੋਂ ਨਾਨੀ ਨੂੰ ਉਹਨਾਂ ਦਿਨਾਂ ਦੀ ਯਾਦ ਆ ਜਾਂਦੀ, ਉਹ ਚੁੰਨੀ ਨਾਲ ਆਪਣਾ ਮੂੰਹ ਢੱਕ ਲੈਂਦੀ, ਕੀਰਨੇ ਪਾਉਣ ਲੱਗ ਜਾਂਦੀ। ਉਹਦਾ ਤੋੜਾ ਇਸ ਗੱਲ 'ਤੇ ਅਟਕਦਾ, ਜੇ ਉਹ ਲੋਕ ਮੇਰੇ ਸਾਹਮਣੇ ਆ ਜਾਣ ਤਾਂ ਮੈਂ ਉਹਨਾਂ ਦੇ ਸੀਰਮੇ ਪੀ ਜਾਂ। ਉਹਦੀਆਂ ਅੱਖਾਂ ਲਾਲ ਹੋ ਜਾਂਦੀਆਂ, ਦੇਖ ਕੇ ਮੈਨੂੰ ਡਰ ਲੱਗਦਾ। 2-3 ਘੰਟੇ ਉਹਨੂੰ ਕੋਈ ਬੁਲਾਉਂਦਾ ਨਹੀਂ ਸੀ, ਉਹਦੇ ਨੇੜੇ ਨਹੀਂ ਜਾਂਦਾ ਸੀ। ਪਤਾ ਨਹੀਂ
ਉਹ ਕੀ ਦਾ ਕੀ ਬੋਲ ਜਾਏ, ਕਿਸੇ ਨਾਲ ਲੜ ਪਵੇ। ਫਿਰ ਨਾਨੀ ਦਾ ਚਿਹਰਾ ਲੋਪ ਹੋ ਗਿਆ। ਅਸ਼ਰਫ ਮੇਰੇ ਸਾਹਮਣੇ ਸੀ। ਹਨੇਰਾ ਹੋਣ ਕਰਕੇ ਮੈਂ ਉਹਦੇ ਚਿਹਰੇ 'ਤੇ ਉਭਰੇ ਭਾਵ ਦੇਖ ਨਹੀਂ ਸਕਦਾ ਸੀ, ਪਰ ਇਹ ਜ਼ਰੂਰ ਸੀ ਕਿ ਉਹ ਗੁੱਸੇ 'ਚ ਹੋਏਗਾ। ਜੇ ਇਹ ਸੋਚ ਮੇਰੇ ਮਨ 'ਤੇ ਭਾਰੀ ਹੋਈ ਤਾਂ ਮੈਂ ਜਾਣ 'ਚ ਭਲਾ ਸਮਝਿਆ। ਮੈਂ ਜਾਣ ਲਈ ਅਗਾਂਹ ਕਦਮ ਪੁੱਟਿਆ ਤਾਂ ਉਸ ਮੇਰੀ ਬਾਂਹ ਫੜ ਲਈ, ਪੁੱਛਿਆ, ਤੂੰ ਕੰਬ ਕਿਉਂ ਰਿਹਾ? ਕੀ ਮੈਥੋਂ ਡਰ ਗਿਆ? ਆਪਾਂ ਤਾਂ ਹੰਬਤ ਨਹੀਂ ਹਾਂ। ਉਹਦੇ ਸਰੀਰ ਨੂੰ ਜਿੱਦਾਂ ਕੋਈ ਝਟਕਾ ਲੱਗਾ ਹੋਵੇ ਮੈਂ ਉਸੇ ਤਰ੍ਹਾਂ ਦਾ ਮਹਿਸੂਸ ਕੀਤਾ। ਉਹ ਬੋਲਿਆ, ਸਾਡੇ ਵੱਡੇ ਵਡੇਰੇ ਆਖਦੇ ਹੁੰਦੇ ਸੀ, ਜਿਹੜੀ ਸ਼ੈ ਜਾਂ ਰਿਸ਼ਤੇ ਆਪਣੇ ਨਹੀਂ ਹੁੰਦੇ ਉਹਨਾਂ ਦੇ ਟੁੱਟਣ ਦਾ ਗਮ ਨਹੀਂ ਕਰਨਾ ਚਾਹੀਦਾ। ਮੈਂ ਜਾਣਦਾ ਕਿ ਹੁਣ ਮੇਰਾ ਮੁਲਕ ਪਾਕਿਸਤਾਨ ਹੈ, ਮੈਂ ਇੱਥੇ ਹੀ ਮਰਨਾ, ਮੇਰੀ ਮਿੱਟੀ ਇੱਥੇ ਹੀ ਦਫਨ ਹੋਣੀ ਹੈ। ਐਵੇਂ ਯਾਦਾਂ ਦਿਮਾਗ 'ਤੇ ਭਾਰੂ ਹੋ ਜਾਂਦੀਆਂ, ਯਾਦਾਂ ਦੇ ਸਿਰ 'ਤੇ ਬੰਦਾ ਤੁਰਿਆ ਫਿਰਦਾ ਹੈ। ਜੇ ਇਹ ਨਾ ਹੋਣ ਤਾਂ ਜਾਂ ਤਾਂ ਬੰਦਾ ਪਾਗਲ ਹੋ ਜਾਏ ਜਾਂ ਫੌਤ ਪਾ ਜਾਏ। ਆਹ ਪਿਛਲੇ 20 ਵਰ੍ਹਿਆਂ ਤੋਂ ਇੱਕੋ ਹੋਈ ਬੀਤੀ ਨੇ ਮੈਨੂੰ ਪਾਗਲ ਕਰ ਛੱਡਿਆ ਜੀ। ਇਹ ਮੇਰਾ ਖਹਿੜਾ ਨਹੀਂ ਛੱਡਦੀ, ਮਰਨ ਵੀ ਨਹੀਂ ਦਿੰਦੀ, ਜਿਉਣ ਵੀ ਨਹੀਂ ਦਿੰਦੀ। ਕਾਸ਼ ਉਹ ਛਿਣ ਇੱਕ ਵਾਰ ਫਿਰ ਤੋਂ ਸਾਕਾਰ ਹੋ ਜਾਣ। ਮੈਨੂੰ ਕੰਬਣੀ ਛਿੜ ਗਈ, ਮੈਂ ਲੋਈ ਦੀ ਬੁੱਕਲ ਨੂੰ ਹੋਰ ਘੁੱਟ ਲਿਆ। ਮਨ ਹੀ ਮਨ ਕਿਹਾ, ਲੈ ਲੈ ਚਾਹ ਦਾ ਸਵਾਦ, ਇਹ ਬੰਦਾ ਤੈਨੂੰ ਫਸਾਊਗਾ, ਇਹਨੂੰ ਆਪਣੇ ਮੋਏ ਪਰਿਵਾਰ ਦੇ ਮੈਂਬਰਾਂ ਦੀਆਂ ਯਾਦਾਂ ਸਤਾਉਂਦੀਆਂ। ਪਤਾ ਨਹੀਂ ਇਹ ਕਿਹਦਾ ਕੀ ਕਰ ਬੈਠੀ। ਜੇ ਇਹਦੇ 'ਤੇ ਧਰਮ ਦਾ ਜਨੂੰਨ ਸਵਾਰ ਹੋ ਗਿਆ ਤਾਂ ਖੈਰ ਨਹੀਂ, ਇਸ ਸਮੇਂ ਤਾਂ ਧਰਮ ਹੀ ਸਭ ਤੋਂ ਖਤਰਨਾਕ ਸਾਬਤ ਹੋ ਰਿਹਾ। ਧਰਮ ਦੇ ਨਾਂ 'ਤੇ ਕੀ ਦਾ ਕੀ ਨਹੀਂ ਹੁੰਦਾ। ਫਿਰ ਇੱਕ ਮੁਸਲਮਾਨ, ਉਹ ਵੀ ਆਪਣੇ ਦੇਸ਼ 'ਚ, ਜਿਹਦੇ 18 ਜੀਆਂ ਦਾ ਕਤਲ ਹੋਇਆ ਹੋਵੇ। ਮੈਂ ਉੱਥੋਂ ਦੌੜ ਹੀ ਜਾਣਾ ਚਾਹੁੰਦਾ ਸੀ, ਪਰ ਉਹਨੇ ਮੇਰੀ ਬਾਂਹ ਫੜੀ ਰੱਖੀ। ਬੋਲਿਆ, ਅੱਜ ਬੜੇ ਚਿਰਾਂ ਬਾਅਦ ਮਨ ਦੀ ਤਮੰਨਾ ਪੂਰੀ ਹੋਈ ਹੈ। ਮੈਂ ਕਈ ਵਾਰ ਸਟੇਸ਼ਨ 'ਤੇ ਗਿਆ, ਉੱਥੇ ਹਿੰਦੁਸਤਾਨੋਂ ਆਏ ਲੋਕਾਂ ਨੂੰ ਦੂਰੋਂ ਹੀ ਦੇਖਿਆ, ਸਿੱਖ ਹੀ ਦਿਸੇ। ਕਿਸੇ ਹਿੰਦੂ ਨੂੰ ਮਿਲਣਾ ਚਾਹੁੰਦਾ ਸੀ, ਕਿ ਤੂੰ ਹਿੰਦੂ ਹੈ? ਮੈਂ ਪਹਿਲਾਂ ਇਨਸਾਨ ਹਾਂ, ਬਾਕੀ ਬਾਅਦ ਦੀਆਂ ਗੱਲਾਂ ਨੇ। ਮੈਂ ਮਹਿਸੂਸ ਕੀਤਾ ਕਿ ਮੇਰੀ ਆਵਾਜ਼ ਕੰਬ ਰਹੀ ਸੀ। ਐ ਕੀਤੀ ਨਾ ਲੱਖਾਂ ਦੀ ਗੱਲ, ਅਤੇ ਫਿਰ ਤੂੰ ਕਾਮਰੇਟ ਹੈ, ਮੈਨੂੰ ਆਪਣਾ ਛੋਟਾ ਭਰਾ ਸਮਝ ਲਓ। ਅਚਨਚੇਤ ਮੇਰੇ ਮੂੰਹ ਨਿਕਲ ਗਿਆ, ਲੈ ਮੈਂ ਤੇਰਾ ਨਾਂ ਤਾਂ ਪੁੱਛਿਆ ਹੀ ਨਹੀਂ, ਕਹਿ ਨਾ ਆਏ ਤੇਰਾ। ਘਰਦਿਆਂ ਰਜਿੰਦਰ ਗੌਤਮ ਰੱਖਿਆ। ਬਸ ਇੱਕ ਗੱਲ ਤੇਰੇ ਨਾਲ ਹੋਰ ਕਰਨੀ ਹੈ ਗੌਤਮ, ਮੈਥੋਂ ਡਰਨਾ, ਮੈਂ ਤੇਰੀ ਕੋਈ ਗੋਲੀ ਨਹੀਂ ਮਾਰਨ ਲੱਗਾ, ਮੈਂ 80 ਦਾ ਤੇਰਾ ਕੀ ਵਿਗਾੜ ਸਕਣਾ। ਮੈਨੂੰ ਕੁਝ ਕੁ ਹੌਸਲਾ ਹੋਇਆ, ਮੈਥੋਂ 25 ਵੱਡਾ ਸੀ। ਛੋਟਾ ਭਰਾ ਮੇਰਾ ਦੁੱਖ ਕੋਈ ਨਹੀਂ ਜਾਣ ਸਕਦਾ, ਘਰ ਚੱਲਾ ਦੀ ਪੂਰੀ ਮਿਹਰ ਹੈ, 3 ਪੁੱਤ ਨੇ, ਲੱਖਾਂ ਕਰੋੜਾਂ 'ਚ ਖੇਡਦੇ ਨੇ, 2 ਧੀਆਂ ਨੇ, ਆਪੋ ਆਪਣੇ ਘਰ ਰਾਜੀ ਬਾਜੀ ਨੇ। ਵੱਡੇ ਦੀ ਤਾਂ ਨਕੋਦਰ ਵਰਗੀ ਹਵੇਲੀ, ਛੋਟੇ ਵੀ ਘੱਟ ਨਹੀਂ। ਮੈਨੂੰ ਉਦਾਸ ਬੈਠੇ ਨੂੰ ਵੇਖ ਕੇ ਪੁੱਛਦੇ ਨੇ, ਅੱਬਾ ਤੈਨੂੰ ਕੀ ਦੁੱਖ ਹੈ? ਆਪਣਾ ਦੁੱਖ ਕਿਹਨੂੰ ਦੱਸਾਂ? ਕਈ ਅਜਿਹੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਿਸੇ ਨੂੰ ਦੱਸੀਆਂ ਹੀ ਨਹੀਂ ਜਾ ਸਕਦੀਆਂ। ਹਜ਼ਾਰਾਂ ਰਾਜ਼ ਉਹਦੀ ਮੌਤ ਨਾਲ ਹੀ ਦਫਨ ਹੋ ਜਾਂਦੇ ਨੇ, ਕਿਹਨੂੰ ਦੱਸੇ? ਇਸ ਸੋਚ 'ਚੋਂ ਹੀ ਬਾਹਰ ਨਹੀਂ ਨਿਕਲਦਾ। ਦੱਸ, ਨਿਕਲਦਾ? 10 ਬਾਅਦ ਤੈਨੂੰ ਜ਼ਿੰਦਗੀ ਦੀ ਸਮਝ ਲੱਗੇਗੀ, ਮੈਂ ਅਜੇ ਤੈਨੂੰ ਬਾਲ ਹੀ ਸਮਝਦਾ। ਇੱਕ ਗੱਲ ਹੋਰ ਹੈ, ਦੁੱਖ ਦਾ ਪੈਸੇ ਨਾਲ ਕੋਈ ਸੰਬੰਧ ਨਹੀਂ ਹੁੰਦਾ, ਇਹ ਤਾਂ ਮਨ ਦੀ ਮੌਜ ਹੈ, ਅਤੇ ਮਨ ਕਿਸ ਚੀਜ਼ ਨੂੰ ਚਾਹੁਣ ਲੱਗ ਜਾਏ ਜਾਂ ਕਿਹੜੇ ਵੇਲੇ ਉਹਨੂੰ ਕੌਣ ਯਾਦ ਆ ਜਾਏ ਇਹਦਾ ਕੋਈ ਪਤਾ ਨਹੀਂ ਹੁੰਦਾ, ਠੀਕ ਹੈ ਨਾ ਜੀ? ਸਾਈਕੋਲੋਜਿਸਟ ਵੀ ਇਹੀ ਕਹਿੰਦੇ ਨੇ। ਕੌਣ ਕੀ ਕਹਿੰਦਾ? ਸ਼ਾਇਦ ਉਹਨੂੰ ਸਾਈਕੋਲੋਜਿਸਟ ਸ਼ਬਦ ਦੀ ਸਮਝ ਨਹੀਂ ਆਈ ਸੀ। ਮਨ ਦੀਆਂ ਰਮਜ਼ਾਂ ਸਮਝਣ ਵਾਲੇ ਵੀ ਇਹੀ ਕੁਛ ਕਹਿੰਦੇ ਨੇ, ਇਹ ਤਾਂ ਮੈਨੂੰ ਪਤਾ ਨਹੀਂ। ਪਿਛਲੇ 20 ਤੋਂ ਕਮਲੇਸ਼ੋ ਮੈਨੂੰ ਬਹੁਤ ਯਾਦ ਆਉਂਦੀ ਹੈ। ਤੂੰ ਪੁੱਛੇਂਗਾ ਇਹ ਕਮਲੇਸ਼ੋ ਕੌਣ ਹੈ? ਪਹਿਲਾਂ ਇਹ ਦੱਸ, ਚਾਹ ਦਾ ਇੱਕ ਇੱਕ ਪਿਆਲਾ ਹੋਰ ਹੋ ਜਾਏ,
ਮੈਂ ਨਾ 'ਚ ਸਿਰ ਹਿਲਾਇਆ। ਮੇਰੇ ਮਨ 'ਚ ਤੇਜ਼ੀ ਨਾਲ ਇਹ ਸਵਾਲ ਪੈਦਾ ਹੋਇਆ ਸੀ ਕਿ ਉਹਨੂੰ ਪੁੱਛਾਂ ਕਿ ਕੀ ਕਮਲੇਸ਼ੋ ਵੀ ਉਹਨਾਂ 18 ਜੀਆਂ 'ਚ ਸ਼ਾਮਿਲ ਸੀ, ਪਰ ਮੈਥੋਂ ਪੁੱਛਿਆ ਨਾ ਗਿਆ। ਮੈਨੂੰ ਲੱਗਿਆ ਸੀ ਉਹ ਇਹ ਗੱਲ ਵੀ ਉਹ ਆਪ ਹੀ ਦੱਸ ਦੇਵੇਗਾ। ਲਲਾਰੀਆਂ ਦੀ ਦੁਕਾਨ ਦੀ ਪਛਾੜੀ ਇੱਕ ਮੰਦਰ ਹੁੰਦਾ ਸੀ, ਅੱਜ ਕੱਲ੍ਹ ਵੀ ਹੁਣ ਹੈ? ਹਾਂਜੀ ਹੈ। ਉਸੇ ਮੰਦਰ 'ਚ ਮੰਗਲਵਾਰ ਵਾਲੇ ਦਿਨ ਉਹ ਮੱਥਾ ਟੇਕਣ ਆਉਂਦੀ ਸੀ। ਮੈਂ ਪਿਛਾੜੀ ਪੈਂਦੇ ਕੋਠੇ 'ਤੇ ਚੜ੍ਹ ਕੇ ਰੌਸ਼ਨਦਾਨ ਥਾਣੀ ਉਹਨੂੰ ਦੇਖ ਮੱਥਾ ਟੇਕ ਕੇ ਉਹ ਟੱਲ ਵਜਾਉਣ ਲਈ ਪਿੱਛਲ ਖੁਰੀ ਮੁੜਦੀ। ਟੱਲ ਉੱਚਾ ਸੀ ਅਤੇ ਉਹਦਾ ਕੱਦ ਛੋਟਾ, ਅਤੇ ਜਦ ਉਹ ਟੱਲ ਨੂੰ ਵਜਾਉਣ ਲਈ ਛਾਲ ਮਾਰਦੀ ਤਾਂ ਉਹਦੇ ਪੈਰਾਂ ਦੀਆਂ ਝਾਂਜਰਾਂ ਦੇ ਬੋਰ ਛਣਕਦੇ। ਉਹ ਸਾਰਾ ਜ਼ੋਰ ਲਾ ਕੇ ਉੱਛਲਦੀ, ਉਹਦਾ ਪਤਲਾ ਲੱਕ ਮਰੋੜਾ ਜਿਹਾ ਖਾਂਦਾ, ਮੇਰੀ ਜਾਨ ਨੂੰ ਬਣ ਜਾਂਦੀ। ਮੇਰਾ ਉਤਲਾ ਸਾਹ ਉੱਤੇ, ਹੇਠਲਾ ਸਾਹ ਹੇਠਾਂ ਰਹਿ ਜਾਂਦਾ। ਇਹ ਕੁਝ ਤਾਂ ਮੈਂ ਵੇਖਣ ਆਉਂਦਾ ਸੀ, ਇਹ ਉਹਦੇ ਲੱਕ ਦਾ ਹੁਲਾਰਾ। ਮਿਸ਼ਰਾਂ ਦੇ ਘਰਾਂ ਦੇ ਮੋੜ ਕੋਲੋਂ ਮੈਨੂੰ ਬਦਾਨੇ ਦਾ ਪ੍ਰਸ਼ਾਦ ਦਿੰਦੀ, ਫਿਰ ਉਹਨੂੰ ਕਿਸੇ ਮਾਰ ਸੁੱਟਿਆ। ਮੈਂ ਪਿਛਲੇ 20 ਸਾਲਾਂ ਤੋਂ ਸੌਣ ਲੱਗਿਆ ਉਹਨੂੰ ਯਾਦ ਕਰਦਾ, ਬਈ ਉਹ ਮੇਰੇ ਸੁਪਨੇ 'ਚ ਆਏ ਉਸੇ ਰੂਪ 'ਚ ਜਿਹਨੂੰ ਮੈਂ ਮੰਦਰ 'ਚ ਵੇਖਦਾ ਹੁੰਦਾ ਸਾਂ। ਪਰ ਉਹ ਇੱਕ ਵਾਰ ਵੀ ਮੇਰੇ ਸੁਪਨੇ 'ਚ ਨਹੀਂ ਆਈ। ਉਹ ਕਿਉਂ ਨਹੀਂ ਆਉਂਦੀ? ਗੱਲ ਪੂਰੀ ਕਰਨ ਤੋਂ ਪਹਿਲਾਂ ਹੀ ਉਹ ਤੇਜ਼ੀ ਨਾਲ ਤੁਰ ਪਿਆ। ਮੈਨੂੰ ਪਤਾ ਹੀ ਨਹੀਂ ਲੱਗਾ ਉਹ ਮੇਨ ਰੋਡ ਵਾਲਾ ਮੋੜ ਕਦੋਂ ਮੁੜ ਗਿਆ ਸੀ। ਮੈਂ ਹੋਟਲ ਵੱਲ ਜਾਂਦਾ ਹੋਇਆ ਸੋਚ ਰਿਹਾ ਸੀ ਜਿਹੜੀਆਂ ਆਵਾਜ਼ਾਂ ਮੇਰੇ ਮਾਂ ਪਿਓ ਨੇ ਉਸ ਹਵੇਲੀ 'ਚ ਸਿਖਰ ਦੁਪਹਿਰੇ ਸੁਣੀਆਂ ਸਨ, ਕਿ ਉਹਨਾਂ ਆਵਾਜ਼ਾਂ 'ਚ ਕਮਲੇਸ਼ੋ ਦੀ ਆਵਾਜ਼ ਵੀ ਸ਼ਾਮਿਲ ਸੀ। ਧੰਨਵਾਦ।